ਸ਼ਾਇਦ ਸਾਰੇ ਸਿਆਸਤਦਾਨ ਨੀਂਹ ਪੱਥਰ ਲਾਉਣ ਅਤੇ ਗਲੀਆਂ ਨਾਲੀਆਂ ਪੱਕੀਆਂ ਕਰਨ ਦੀ ਦੌੜ ਵਿੱਚ ਵਿਅਸਤ ਹਨ ਅਤੇ ਸਿਰਫ ਇਸ ਨੂੰ ਹੀ ਵਿਕਾਸ ਮੰਨਣ ਲਈ ਆਮ ਜਨਤਾ ਨੂੰ ਪ੍ਰਭਾਵਿਤ ਕਰਨ ਲਈ ਜ਼ੋਰ ਲਾ ਰਹੇ ਹੋਣ ਤਾਂ ਆਓ ਵੇਖੀਏ ਪੰਜਾਬ ਵਿੱਚ ਕੁਝ ਅਜਿਹੇ ਲੀਡਰ ਵੀ ਹਨ ਜੋ ਕੁਝ ਵੱਖਰਾ ਹੀ ਕਰਨ ਵਿੱਚ ਵਿਅਸਤ ਨੇ। ਗਰਾਊਂਡ ਲੈਵਲ ਉੱਤੇ ਕੰਮ ਕਰਨ ਵਾਲਾ ਪੰਜਾਬ ਦਾ ਪਹਿਲਾ ਬੰਦਾ ਸਿਮਰਜੀਤ ਸਿੰਘ ਬੈਂਸ। ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੀਆਂ ਲੋਕ ਮਾਰੂ ਨੀਤੀਆਂ ਨੂੰ ਜਗ ਜ਼ਾਹਿਰ ਕਰਨ ਵਾਲਾ ਪਹਿਲਾ ਸਿਆਸਤਦਾਨ ਸਿਮਰਜੀਤ ਸਿੰਘ ਬੈਂਸ। ਜੀ ਹਾਂ, ਰਾਜਨੀਤੀ ਵਿੱਚ ਬੈਂਸ ਭਰਾਵਾਂ ਦੀ ਕਾਰਜ ਕੁਸ਼ਲਤਾ ਦਾ ਕੋਈ ਸਾਨੀ ਨਹੀਂ। ਬੈਂਸ ਦੀ ਹਰਮਨ ਪਿਆਰਤਾ ਇਕੱਲੇ ਲੁਧਿਆਣਾ ਵਿੱਚ ਹੀ ਨਹੀਂ ਬਲਕਿ ਪੂਰੇ ਪੰਜਾਬ ਅਤੇ ਵਿਰੋਧੀ ਖੇਮਿਆਂ ਵਿੱਚ ਵੀ ਹੈ। ਚੋਣਾਂ ਦੌਰਾਨ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਨਸ਼ਿਆਂ ਦੀ ਵਰਤੋਂ ਕਰਦੀਆਂ ਹਨ, ਜਦਕਿ ਬੈਂਸ ਭਰਾਵਾਂ ਦੇ ਹਲਕਿਆਂ ਵਿੱਚ ਅਜਿਹਾ ਕੁਝ ਨਹੀਂ ਦੇਖਣ ਨੂੰ ਮਿਲੇਗਾ। ਹਰੇਕ ਬੰਦੇ ਦਾ ਜ਼ਿੰਦਗੀ ਵਿੱਚ ਕੁਝ ਨਾ ਕੁਝ ਵੱਖਰਾ ਕਰਨ ਦਾ ਸੁਪਨਾ ਹੁੰਦਾ ਹੈ, ਇਸੇ ਤਰ੍ਹਾਂ ਬੈਂਸ ਦਾ ਵੀ ਹੈ। ਰਾਜਨੀਤੀ ਵਿੱਚ ਅਜਿਹੇ ਝੰਡੇ ਕੱਢਣੇ ਜੋ ਇਤਿਹਾਸ ਦੀਆਂ ਸੁਰਖੀਆਂ ਵਿੱਚ ਲਿਖੇ ਜਾਣ। ਪਹਿਲਾਂ ਕੌਂਸਲਰ, ਫਿਰ MLA ਅਤੇ ਹੁਣ MP। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਭਾਰਤੀ ਲੋਕਤੰਤਰ ਦਾ ਕੋਈ ਅਜਿਹਾ ਖੇਤਰ ਨਹੀਂ ਜਿੱਥੇ ਬੈਂਸ ਮਲ ਨਹੀਂ ਮਾਰਨਾ ਚਾਹੁੰਦੇ। ਜੋ ਲੋਕ ਤਰੱਕੀ ਪਸੰਦ ਹਨ ਉਹਨਾਂ ਦੇ ਦਿਲਾਂ ਉੱਤੇ ਤਾਂ ਬੈਂਸ ਰਾਜ ਕਰਦਾ ਹੈ। ਨਿਰਾਸ਼ਾਵਾਦੀ ਲੋਕਾਂ ਦਾ ਕੀ ਹੈ? ਉਹ ਤਾਂ ਆਪਣੀਆਂ ਨਿੱਜੀ ਅਸਫਲਤਾਵਾਂ ਦਾ ਠੀਕਰਾ ਵੀ ਬੈਂਸ ਸਿਰ ਪੰਦੇ ਨੇ। ਜੇ ਖੱਡਣਾ ਕੁਝ ਚਾਹੁੰਦੇ ਛੱਡ ਦੋ ਪੰਜੇ ਤਕੜੀ ਨੂੰ, ਬੈਂਸ ਭਰਾ ਲੈ ਆ ਗਏ ਲੋਕ ਇਨਸਾਫ ਪਾਰਟੀ ਨੂੰ। ਜੇ ਖੱਡਣਾ ਕੁਝ ਚਾਹੁੰਦੇ ਛੱਡ ਦੋ ਪੰਜੇ ਤਕੜੀ ਨੂੰ, ਬੈਂਸ ਭਰਾ ਲੈ ਆ ਗਏ ਲੋਕ ਇਨਸਾਫ ਪਾਰਟੀ ਨੂੰ। ਲੁਧਿਆਣਾ ਵਿਊ।